नमस्कार, ਸਤਿ ਸ਼੍ਰੀ ਅਕਾਲ। ਕਿਵੇਂ ਤੁਹਾਡੇ ਹਾਲ? ਅੱਜ ਥੋੜ੍ਹੀ ਜਿਹੀ ਮੈਂ ਵੀਡੀਓ ਲਈ ਬਹੁਤ ਲੇਟ ਅੱਜ ਥੋੜ੍ਹੀ ਨਹੀਂ ਬਹੁਤ ਲੇਟ ਹਾਂ। ਐਕਚੁਅਲੀ ਮੈਂ ਮਾਰਨਿੰਗ ਦਾ ਕੁਝ ਵੀ ਰਿਕਾਰਡ ਨਹੀਂ ਕਰ ਸਕੀ, ਥੋੜ੍ਹਾ ਕੰਮ ਜ਼ਿਆਦਾ ਸੀ ਮੈਨੂੰ, ਅਤੇ ਬਸ ਕੰਮਾਂ 'ਚ ਇੰਨੀ ਕੁ ਬਿਜ਼ੀ ਹੋ ਗਈ। ਜਦੋਂ ਮੈਂ ਹੁਣ ਟਾਈਮ ਦੇਖਿਆ ਅਤੇ ਮੈਂ ਕਿਹਾ 3 ਵੱਜ ਗਏ ਅਤੇ ਹੁਣ ਬੇਟੀ ਦੇ ਆਉਣ ਦਾ ਵੀ ਟਾਈਮ ਹੋ ਗਿਆ, ਅਤੇ ਮੈਂ ਲੱਗੀ ਸੀ ਇੱਕ ਸਪੈਸ਼ਲ ਪੁਲਾਓ ਬਣਾਉਣ। ਹੋ ਸਕਦਾ ਤੁਸੀਂ ਉੱਦਾਂ ਦਾ ਬਣਾਇਆ ਵੀ ਹੋਵੇ, ਪਰ ਹੋ ਸਕਦਾ ਤੁਹਾਡੇ ਲਈ ਕੁਛ ਡਿਫਰੈਂਟ ਹੋਵੇ। ਆ ਜਾਓ, ਮੈਂ ਤੁਹਾਨੂੰ ਦਿਖਾਉਂਦੀ ਹਾਂ ਉਹਦੇ ਲਈ ਮੈਂ ਕੀ ਲਿੱਤਾ ਆ ਅਤੇ ਮੈਂ ਉਹਨੂੰ ਕਿੱਦਾਂ ਬਣਾਉਂਦੀ ਹਾਂ। ਉਹਦੇ ਲਈ ਮੈਂ ਲਿੱਤੇ ਹੋਏ ਹੈਗੇ ਇੱਧਰ ਆਲੂ, ਅਦਰਕ ਔਰ ਲਸਣ, ਪਿਆਜ਼, ਗਾਜਰ ਔਰ ਥੋੜ੍ਹੇ ਜਿਹੇ ਮਟਰ, ਔਰ ਇੱਧਰ ਮੈਂ ਆਪਣੇ ਚਾਵਲ ਅਤੇ ਚਨੇ ਦੀ ਦਾਲ ਉਹ ਥੋੜ੍ਹੇ ਸੋਕ ਕਰਕੇ ਰੱਖ ਦਿੱਤੇ ਆ, ਠੀਕ ਹੈ। ਔਰ ਇੱਧਰ ਮੇਰਾ ਕੜਾਹੀ ਹੋ ਚੁੱਕੀ ਗਰਮ, ਅਤੇ ਮੈਂ ਵਿੱਚ ਪਾਵਾਂਗੀ ਆਇਲ, ਔਰ ਇਹਦੇ ਵਿੱਚ ਪਾਵਾਂਗੀ ਥੋੜ੍ਹਾ ਜਿਹਾ ਜ਼ੀਰਾ। ਵੈਸੇ ਮੈਂ ਜਦੋਂ ਨੋਰਮਲ ਚਾਵਲ ਬਣਾਉਂਦੀ ਹਾਂ ਮੈਂ ਜ਼ੀਰਾ ਨਹੀਂ ਪਾਉਂਦੀ, ਕਿਉਂਕਿ ਜ਼ੀਰਾ ਮੇਰੇ ਘਰ ਬਹੁਤ ਘੱਟ ਬੰਦੇ ਪਸੰਦ ਆਉਂਦੇ, ਸਿਰਫ ਮੇਰੇ ਹਸਬੈਂਡ ਨੂੰ ਪਸੰਦ ਆ। ਈਵਨ ਕਿ ਮੈਨੂੰ ਵੀ ਚਾਵਲਾਂ 'ਚ ਜ਼ੀਰਾ ਜਾਂ ਫਿਰ ਇਕੱਲੇ ਫਿਰ ਜ਼ੀਰਾ ਰਾਈਸ ਹੀ ਬਣਨ ਫਿਰ, ਅਤੇ ਪਲੇਨ ਉੱਦਾਂ ਜਦੋਂ ਰਾਈਸ ਬਣਾਉਂਦੀ ਹਾਂ ਮੈਂ ਕੜੀ ਚਾਵਲ ਦੇ ਨਾਲ ਜਾਂ ਰਾਜਮਾਂਹ ਚਾਵਲ ਦੇ ਨਾਲ ਫਿਰ ਨਹੀਂ ਮੈਂ ਪਾਉਂਦੀ ਜ਼ੀਰਾ। ਔਰ ਮੈਂ ਪਾਇਆ ਜ਼ੀਰਾ, ਜਦ ਤੱਕ ਮੇਰਾ ਜ਼ੀਰਾ ਹੁੰਦਾ ਆ ਅਤੇ ਮੈਂ ਬਾਕੀ ਤੁਹਾਨੂੰ ਦਿਖਾਉਂਦੀ ਹਾਂ ਮੈਂ ਕੀ ਇਹਦੇ ਵਿੱਚ ਪਾਵਾਂਗੀ। ਇਹਦੇ 'ਚ ਪਏਗੀ ਮੇਰੀ ਕਸੂਰੀ ਮੇਥੀ, ਥੋੜ੍ਹਾ ਜਿਹਾ ਪਾਉਂਗੀ ਮੈਂ ਬਿਰਿਆਨੀ ਮਸਾਲਾ, ਇਹ ਬੋਂਬੇ ਬਿਰਿਆਨੀ ਮਸਾਲਾ। ਇਹਦੇ ਨਾਲ ਕਿ ਟੇਸਟ ਬਿਰਿਆਨੀ ਵਾਲਾ ਹੀ ਆਏਗਾ। ਮੇਰੇ ਕੋਲ ਚਿਕਨ ਹੈ ਇਸ ਵੇਲੇ ਕਿ ਮੈਂ ਚਾਹੇ ਪਾ ਦਾਂ ਬਿਰਿਆਨੀ ਬਣਾਉਣਾ, ਬਟ ਉਹ ਮੈਂ ਸੋਚਦੀ ਕਿ ਰਾਤ ਨੂੰ ਵੈਸੇ ਚਿਕਨ ਬਣਾਉਂਗੀ ਕਿ ਬੱਚਿਆਂ ਨੂੰ ਚਿਕਨ ਵੀ ਕਾਫੀ ਪਸੰਦ ਆ। ਸਭ ਤੋਂ ਪਹਿਲਾਂ ਮੈਂ ਪਾਉਂਗੀ ਨੋਰ, ਉਹੀ ਜਿਹੜਾ ਮੈਂ ਜ਼ਿਆਦਾ ਯੂਜ਼ ਕਰਦੀ ਹਾਂ ਆਪਣੇ ਹਰੇਕ ਮੈਗੀ ਨੋਰ। ਓਕੇ, ਇਹਦੇ ਇਹ ਮੈਂ ਹਮੇਸ਼ਾ ਮੋਸਟਲੀ ਪਾ ਹੀ ਦਿੰਦੀ ਹਾਂ ਆਪਣੀ ਹਰੇਕ ਰੈਸਪੀ ਦੇ ਵਿੱਚ, ਇਹਦਾ ਅਲੱਗ ਹੀ ਟੇਸਟ ਆਉਂਦਾ ਫਿਰ ਅੱਛਾ ਲੱਗਦਾ। ਓਕੇ, ਹੁਣ ਮੈਂ ਪਾਵਾਂਗੀ ਸਭ ਤੋਂ ਪਹਿਲਾਂ ਲਸਣ ਅਤੇ ਅਦਰਕ ਅਤੇ ਪਿਆਜ਼। ਜਦ ਤੋਂ ਇਹਨੂੰ ਥੋੜ੍ਹਾ ਜਿਹਾ ਸੇਕ ਲੱਗ ਜਾਣਾ ਚਾਵ, ਇਹਨਾਂ ਨੂੰ ਪਿਆਜ਼ ਔਰ ਲਸਣ ਅਦਰਕ ਨੂੰ ਹਲਕਾ ਹਲਕਾ ਮਤਲਬ ਕੱਚਾ ਕੱਚਾ ਹੀ ਰੱਖਣਾ ਵਾ, ਯਾਨੀ ਕਿ ਪਹਿਲਾਂ ਪਾਉਣਾ ਪਰ ਅਸੀਂ, ਠੀਕ ਹੈ। ਉਸ ਤੋਂ ਬਾਅਦ ਪਾਉਂਗੀ ਆਲੂ ਔਰ ਗਾਜਰਾਂ ਔਰ ਆਪਣੇ ਮਟਰ, ਮਟਰ ਵੈਸੇ ਤਾਂ ਮੇਰੇ ਫਰੋਜ਼ਨ ਆ ਬਟ ਜਿਹੜੇ ਵੀ ਹੋਣ ਮੈਂ ਇਸ ਟਾਈਮ 'ਤੇ ਪਾ ਹੀ ਦਿੰਦੀ ਹਾਂ, ਫਰੋਜ਼ਨ ਹੀ ਜ਼ਿਆਦਾ ਯੂਜ ਕਰੀਦੇ ਆਪਾਂ। ਇਹਨਾਂ ਨੂੰ ਹਲਕਾ ਹਲਕਾ ਹੁਣ ਮੈਂ ਥੋੜ੍ਹਾ ਨਰਮ ਹੋਣ ਦੇਵਾਂਗੀ। ਓਕੇ, ਹੁਣ ਇੱਥੇ ਇਸ ਵੇਲੇ ਮੈਂ ਪਾਉਂਗੀ ਟਮਾਟਰ, ਤਾਂ ਕਿ ਥੋੜ੍ਹਾ ਜਿਹਾ ਟਮਾਟਰ ਜਦੋਂ ਆਪਣਾ ਪਾਣੀ ਛੱਡਣਗੇ ਫਿਰ ਨਰਮ ਹੋ ਜਾਣਗੀਆਂ ਜਲਦੀ ਸਬਜ਼ੀਆਂ। ਔਰ ਇੱਥੇ ਇਸ ਵਕਤ ਮੈਂ ਪਾਉਣਾ ਨਮਕ, ਕਿਉਂਕਿ ਨਮਕ ਨੇ ਨਾਲ ਤੁਹਾਨੂੰ ਪਤਾ ਥੋੜ੍ਹਾ ਟਮਾਟਰ ਨੇ ਪਾਣੀ ਜਲਦੀ ਛੱਡਣਾ, ਔਰ ਆਪਣਾ ਮਟੀਰੀਅਲ ਥੋੜ੍ਹਾ ਜਿਹਾ ਜਲਦੀ ਸੌਫਟ ਹੋ ਜਾਏਗਾ। ਹਾਲੇ ਮੈਂ ਥੋੜ੍ਹਾ ਹੀ ਪਾਇਆ ਨਮਕ, ਬਾਅਦ 'ਚੋਂ ਪਾਉਂਗੀ। ਇਹਨੂੰ ਆਪਾਂ ਫਿਰ ਢੱਕ ਦਾਂਗੇ ਥੋੜ੍ਹਾ। ਓਕੇ ਫਰੈਂਡਸ, ਹੁਣ ਮੈਂ ਪਾਵਾਂਗੀ ਇਹਦੇ ਵਿੱਚ ਆਪਣਾ ਬਿਰਿਆਨੀ ਮਸਾਲਾ, ਇਹਦੇ ਵਿੱਚ ਆਪਣਾ ਥੋੜ੍ਹਾ ਜਿਹਾ ਧਨੀਆ, ਸੁੱਕਾ ਧਨੀਆ, ਧਨੀਆ ਪਾਊਡਰ ਜਾਣੀ ਕਿ ਥੋੜ੍ਹੀ ਜਿਹੀ ਹਲਦੀ, ਥੋੜ੍ਹੀ ਜਿਹੀ ਲਾਲ ਮਿਰਚ, ਕਿਉਂਕਿ ਮੈਨੂੰ ਹਮੇਸ਼ਾ ਮਿਰਚ ਦਾ ਥੋੜ੍ਹਾ ਜਿਹਾ ਧਿਆਨ ਹੀ ਰੱਖਣਾ ਪੈਂਦਾ ਕਿ ਮੇਰੀ ਡਾਟਰ ਇਨ ਲਾਅ ਘੱਟ ਖਾਂਦੀ ਆ ਮਿਰਚ,
थोड़ी जी हिंग, मेदाए वाले चावल थानू कभी भी बाद ही नहीं करेंगे क्योंकि मैं हिंग भी पानी हाँ ये लसन अदरक आ देखो काली मिर्च मेथी ओके फ्रेंड्स हूँ मैं थोड़ा जहा नमक होर पाऊंगी क्योंकि मैं नमक चेक कर चुकी हाँ नमक थोड़ा घट ही क्योंकि मैं उस वेले सिर्फ अपना मटीरियल सॉफ्ट करने लिए पाया सी ते इस मूवमेंट से हूँ मैं पानी पावांगी अगर थोड़े दो गिलास चौलों के आ तो तुसी चार गिलास पानी के पाने इस मूवमेंट से ओके फ्रेंड्स देखो पानी पा दिता मैं ते थोड़ा जहा जो पानी रिझेगा वैसे मैं गर्म पानी पाया जब पानी रिझना शुरू होएगा फिर मैं ये अपने चावल सुटांगी ओके फ्रेंड्स देखो हम मेरा पानी रिझ चुका है मतलब थोड़ी बहुत सब्जियां भी अद कच्चियां हो गई पक गई हैं अद कच्चियां जिहड़ियां सी पक गई हैं तो हुण इस मूवमेंट ते मैं जिहड़े अपने चावल और दाल भेती हुई सी वो मैं पा दांगी तो ओके मैं थानू इन्हां दी बाद विच बनिया दी लुक दिखानी आ और इन तुसी रायते नाल और इदा ही देसी घे पा के खान क्योंकि सारिया सब्जियां का है जिदा आप सब्जी चावल खाने ना उदा भी बना समझो ये टेस्ट बनता है या फिर जिदा बिरयानी मसाला पाना बिरयानी टाइप जिदा किसी ने वैजीटेरियन बिरयानी खानी है तो बड़ा अच्छा टेस्ट आता है फ्रेंड्स चावलों को तुड़का लगा के पुलाव में हमने मैं आई सी तो मैं एक गल याद आई है वो मैं वीडियो पहले ही शूट कर चुकी हाँ तो मैं हमने थानू ये ऐड करूँगी तुसी देखना कि बाकी मैं उही गल कहनी कि मैनू यूट्यूब दी इन्नी नॉलेज नहीं है हो सकदा सैटिंग सही होवे मैं गलत समझिया होवे पर इदां नहीं हो सकता क्योंकि वीडियो भी हिंदी दे विच सी उह और उहनू समझ के इदां दा मैं सैटिंग कीती सी पर पता नहीं मैं खैर वीडियो अपलोड कर दी हां तुसीं चैक करो फ्रेंड्स पता की होया मैं ना एक्चुअली यूट्यूब ते ना वीडियोज़ देखती सी कि क्योंकि मैं तुहानू दस्सिया कि मैं नवी हाँ यूट्यूब ते चलो अपने आप नू थोड़ा एक्सपर्ट करन लई मैं वीडियोज़ देखती रहनी हाँ ते मैं देख रही सी मैं एक वीडियो देखी उहदे विच उहनां ने मैनू दस्सिया कि तुसी ए वाली सैटिंग करो ओके ते मैं जिद्दां उहनां ने कहा कि मैं सैटिंग कर ली सैटिंग कर ली उस तों बाद सवेरे मैं वीडियो भी अपलोड करती तो बाद की होया कि मेरे हसबैंड कहते आज तेरी वीडियो नहीं कही दिख रही शो नहीं हो रही मेरी डॉटर इन लॉ ने भी कहा मैं क्या मैं तो अपलोड कर चुकी हाँ मैं की किया मैं क्या अच्छा चलो मैं देख रही जो मैं देखिया मेरी कोई भी वीडियो नहीं सी शो हो रही मैनू खुद नू मेरे चैनल पर मैनू बड़ी परेशानी हुई मैं क्या भी ये हो की गया तो मैं फिर चलो मैं क्या भी हाँ भी मैं हो मैं सारे पूछ लग पे घर दे कि तुसी कुछ सैटिंग की थी या किदा मैं क्या सैटिंग तो हाँ मैं की अच्छा जस्ट मोमेंट कि इन्ना भी शुक्र कि वो जस्ट जिदा मैं दस रहे से मैं उदी कर रही सी बट इन्ना कि मेरे माइंड च रह गया कि मैं की सैटिंग चेंज की सी और जो मैं वो देखी सैटिंग जो मैं चेंज की अपनी दोबारा जो मेरी सगी तो मेरे सारे वीडियो शो गए मीनस यूट्यूब पर भी जिन्हें थानू गाइड करते यूट्यूब चैनल दे लई मीनस तुसी इदा करो उदा करो उदा करो मैं लगता नहीं कि सारे भी सही होंगे ते पर मैं सवेरे बड़ी हो हुई कि मतलब एक तो मैं निराशा जिदा कह लो बंदे नूं वो बहुत हुई दूसरी मैनू ये होया कि मैं कि यार क्यों लोग इदा क्यों करते हैं है ना क्योंकि खुद आप मिलियनज भी पहुँचे हुए हैं उन्होंने सबसक्राइबर भी उन्होंने लाइक वगैरह भी व्यूज़ भी सब कुछ ते पर बहुत हर्ट होया रब करे कि मैं इस मुकाम ते पहुँचा तो मैं सबनों सही सलाह दसूँगी सही सैटिंग दसूँगी कि मैं की कर दी या की नहीं कर दी मैं खुद हैरान हुई कि मैं क्या किसी नू मिसगाइड करके किसी नू की मिलता है ना ते मैनू मतलब कई चीज़ा मेरे दिमाग च आ गई हैं कि क्यों मतलब इदा है ना
ਪਰ ਪਲੀਜ਼ ਬੀ ਕੇਅਰਫੁਲ, ਅਗਰ ਤੁਸੀਂ ਵੀ ਯੂਟਿਊਬ ਤੇ ਨਵੇਂ ਆ ਜਾਂ ਕਿੱਦਾਂ, ਜਾਂ ਆਪਣਾ ਚੈਨਲ ਬਣਾਉਣ ਦੀ ਸੋਚ ਰਹੇ ਆ, ਤੇ ਇਹਨਾਂ ਚੀਜ਼ਾਂ ਤੋਂ ਬੜੇ ਧਿਆਨ ਨਾਲ ਕਰਨਾ, ਕਿਉਂਕਿ ਅੱਜ ਦੇ ਜੋ ਕੁਛ ਵੀ ਹੋਇਆ ਉਹਨੇ ਮੈਨੂੰ, ਮੈਂ ਈਵਨ ਕਿ ਇੱਥੇ ਤੱਕ ਸੋਚ ਲਿਆ ਸੀ, ਮੈਂ ਕਿਹਾ ਚਲੋ ਕੋਈ ਨਹੀਂ ਮੈਂ ਹੁਣ ਆਪਣਾ ਨਵਾਂ ਚੈਨਲ ਬਣਾ ਲਾਂਗੀ। ਫਿਰ ਮੈਂ ਸੋਚਿਆ, ਮੈਂ ਕਿਹਾ ਮੇਰੇ 5,000 ਦੇ ਕਰੀਬ ਸਬਸਕ੍ਰਾਈਬਰ ਹੋਏ ਹੋਏ ਆ, ਸਭ ਕੁਛ ਆ, ਅਤੇ ਬੜਾ ਔਖਾ ਹੈ ਨਾ। ਫਿਰ ਕੀ ਕਰ ਸਕਦੇ ਸੀ, ਹੋਰ ਕੋਈ ਸਲਿਊਸ਼ਨ ਵੀ ਹੈ ਨਹੀਂ ਸੀ ਅਗਰ ਨਾ ਹੁੰਦਾ। ਬਟ ਇਹ ਆ ਕਿ ਮੇਰੇ ਮਾਇੰਡ 'ਚ ਆ ਗਿਆ ਕਿ ਕੀ ਫਰਦਰ ਮੈਂ ਕਰਨਾ ਵਾ, ਕਿਉਂਕਿ ਮੈਂ ਆਹ ਸੈਟਿੰਗ ਕੀਤੀ ਸੀ, ਹੁਣ ਮੈਨੂੰ ਉਹਨੂੰ ਮੈਂ ਦੁਬਾਰਾ ਛੇੜ ਕੇ ਦੇਖਦੀ ਹਾਂ, ਉਹਨੂੰ ਮੈਂ ਦੁਬਾਰਾ ਕੀਤਾ, ਅਤੇ ਚਲੋ ਮੇਰੀਆਂ ਵੀਡੀਓਜ਼ ਦੁਬਾਰਾ ਸ਼ੋ ਹੋਣ ਲੱਗ ਪਈਆਂ। ਹਾਂਜੀ ਫਰੈਂਡਸ, ਆ ਲਓ ਜੀ, ਮੇਰਾ ਜਿੱਦਾਂ ਵੈਜ ਬਿਰਿਆਨੀ ਕਹਿ ਲਓ ਤਿਆਰ ਆ, ਅਤੇ ਆ ਜਾਓ ਖਾਓ, ਤੁਸੀਂ ਵੀ ਇੰਜੋਏ ਕਰੋ, ਹਸਬੈਂਡ ਲੱਗੇ ਖਾਣ, ਬੱਚੇ ਲੱਗੇ ਖਾਣ, ਆਓ ਅਤੇ ਤੁਸੀਂ ਵੀ ਇੰਜੋਏ ਕਰੋ। ਹਾਂਜੀ ਫਰੈਂਡਸ, ਇਸ ਵਕਤ ਮੈਂ ਫ੍ਰੀ ਹੋ ਕੇ, ਖਾਣਾ ਵਾਣਾ ਹੋ ਗਿਆ ਔਰ 10 ਵੱਜਣ ਲੱਗੇ, ਹਲੇ ਵੱਜੇ ਨਹੀਂ ਆ, ਅਤੇ ਮੈਂ ਆਪਣੇ ਬੈੱਡਰੂਮ ਜਾ ਚੁੱਕੀ ਹਾਂ, ਅਤੇ ਹੁਣ ਮੈਂ ਤੁਹਾਨੂੰ ਬਾਏ ਬਾਏ ਕਹਿਣੀ ਸੀ, ਗੁੱਡ ਨਾਈਟ, ਅਤੇ ਬਾਕੀ ਕੱਲ੍ਹ ਮਿਲਦੇ ਹਾਂ ਆਪਣੇ ਅਗਲੇ ਬਲੌਗ ਦੇ ਵਿੱਚ। ਟਿਲ ਦੈਨ ਲਾਈਕ ਸ਼ੇਅਰ ਸਬਸਕ੍ਰਾਈਬ ਪਲੀਜ਼, ਔਰ ਜਿੰਨਾ ਹੋ ਸਕਦਾ ਆ ਆਪਣੇ ਫਰੈਂਡਸ ਨਾਲ ਸ਼ੇਅਰ ਕਰੋ, ਤਾਂ ਕਿ ਮੈਂ ਵੀ ਜਲਦੀ ਅੱਗੇ ਵੱਧ ਸਕਾਂ, ਅਤੇ ਪਲੀਜ਼ ਸਪੋਰਟ ਮੀ, ਅਤੇ ਓਕੇ, ਗੁੱਡ ਨਾਈਟ, ਸ਼ਬਾ ਖੈਰ, ਗੋਡ ਬਲੈਸ ਯੂ ਆਲ, ਬਾਏ ਬਾਏ, ਗੁੱਡ ਨਾਈਟ, ਲਵ ਯੂ ਆਲ।